ਬਠਿੰਡਾ ਟ੍ਰੈਫਿਕ ਪੁਲਿਸ ਦਾ ਵੱਡਾ ਐਕਸ਼ਨ। ਗਰਮੀ ਤੋਂ ਬਚਣ ਲਈ ਜੋ ਮੁੰਡੇ ਕੁੜੀਆਂ ਮੂੰਹ ਢੱਕ ਕੇ ਸਕੂਟਰੀ ਜਾਂ ਮੋਟਰਸਾਈਕਲ ਚਲਾਉਂਦੇ ਨੇ ਉਹਨਾਂ ਦੇ ਕੱਟੇ ਜਾਣ ਕੇ ਚਲਾਨ। ਮੀਡੀਆ ਨਾਲ ਗੱਲਬਾਤ ਕਰਦੇ ਟ੍ਰੈਫਿਕ ਪੁਲਿਸ ਇੰਚਾਰਜ ਨੇ ਦੱਸਿਆ ਕਿ ਜੋ ਮੁੰਡੇ ਕੁੜੀਆਂ ਮੂੰਹ ਢੱਕ ਕੇ ਸਕੂਟਰੀ ਜਾਂ ਮੋਟਰਸਾਈਕਲ ਚਲਾਉਣਗੇ ਉਹਨਾਂ ਦੇ ਚਲਾਨ ਕੱਟੇ ਜਾਣਗੇ। ਉਹਨਾਂ ਨੇ ਦੱਸਿਆ ਇਹ ਸਭ ਇਸ ਲਈ ਕੀਤਾ ਜਾ ਰਿਹਾ ਕਿਉਂਕਿ ਸ਼ਹਿਰ ਦੇ ਵਿੱਚ ਹੋ ਰਹੀਆਂ ਵਾਰਦਾਤਾਂ ਨੂੰ ਦੇਖਦੇ ਹੋਏ ਸ਼ਰਾਰਤੀ ਅਨਸਰ ਇਸ ਦਾ ਫਾਇਦਾ ਨਾ ਚੁੱਕ ਸਕਣ। ਅਤੇ ਅੱਜ ਪੁਲਿਸ ਅਧਿਕਾਰੀਆਂ ਦੇ ਵੱਲੋਂ ਕੁੜੀਆਂ ਮੁੰਡਿਆਂ ਨੂੰ ਰੋਕ ਕੇ ਵਾਰਨਿੰਗ ਦਿੱਤੀ ਗਈ ਹੈ ਅਤੇ ਉਹਨਾਂ ਨੂੰ ਸਮਝਾਇਆ ਗਿਆ ਕਿ ਅਗਲੀ ਵਾਰ ਜੇ ਫੜੇ ਗਏ ਤਾਂ ਚਲਾਨ ਸਿੱਧਾ ਹੋਵੇਗਾ। ਤੁਹਾਨੂੰ ਦੱਸ ਦਈਏ ਕਿ ਅਕਸਰ ਗਰਮੀਆਂ ਦੇ ਵਿੱਚ ਮੂੰਹ ਢੱਕ ਕੇ ਇਸ ਦਾ ਫਾਇਦਾ ਸ਼ਰਾਰਤੀ ਅਨਸਰ ਬਹੁਤ ਚੁੱਕਦੇ ਨੇ ਅਤੇ ਸ਼ਹਿਰ ਦੇ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਕਰਦੇ ਨੇ। ਇਹਨਾਂ ਵਾਰਦਾਤਾਂ ਨੂੰ ਰੋਕਣ ਦੇ ਲਈ ਅਤੇ ਸ਼ਰਾਰਤੀ ਅਨਸਰਾਂ ਨੂੰ ਫੜਨ ਦੇ ਲਈ ਪੁਲਿਸ ਦੇ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ। ਮਾਂ ਤੁਸੀਂ ਫਰਮਾਨ ਜਾਰੀ ਕੀਤਾ ਹੈ ਵੀ ਜਿਹੜਾ ਮੂੰਹ ਤੇ ਕਪੜਾ ਬੰਨ ਕੇ ਵਹੀਕਲ ਚਲਾਊਗਾ ਕਿਉਂ ਕੀਤਾ ਹੈ, ਕੀ ਕਹਿਣਾ ਬਾਰੇ? ਇਹ ਫਰਮਾਨ ਨਹੀਂ, ਇਹ ਇੱਕ ਅਪੀਲ ਕੀਤੀ ਆਮ ਪਬਲਿਕ ਨੂੰ, ਕਿਉਂਕਿ ਦੇਖੋ ਜਿਉਂ ਜਿਉਂ ਗਰਮੀ ਵੱਧ ਰਹੀ ਹੈਗੀ ਆਮ ਪਬਲਿਕ ਦੇ ਕੁਛ ਲੜਕੇ ਲੜਕੀਆਂ ਨੌਜਵਾਨ ਜਾਂ ਲੇਡੀਜ਼ ਬਜ਼ੁਰਗ ਵੀ ਮੂੰਹ ਬੰਨ ਕੇ ਵਹੀਕਲ ਚਲਾਉਂਦੇ ਆ ਧੁੱਪ ਤੋਂ ਬਚਣ ਲਈ, ਲੇਕਿਨ ਉਸ ਦਾ ਜਿਹੜੇ ਮੂੰਹ ਬੰਨ ਕੇ ਚਲਾਉਂਦੇ ਆ ਉਹਦੇ ਵਿੱਚ ਕੁਛ ਸ਼ਰਾਰਤੀ ਅਨਸਰ ਹੈ, ਉਹਨਾਂ ਦਾ ਫਾਇਦਾ ਚੁੱਕ ਕੇ ਸਨੈਚਿੰਗਾਂ ਬਹੁਤ ਜ਼ਿਆਦਾ ਕਰਦੇ ਆ, ਜਿਸ ਤਰ੍ਹਾਂ ਮੋਬਾਈਲ ਖੋਹ ਕੇ ਭੱਜ ਗਏ, ਕਿਸੇ ਬਜ਼ੁਰਗ ਦੀ ਕੰਨਾਂ ਦੀ ਬਾਲੀ ਜਾਂ ਚੇਨ ਤੋੜ ਕੇ ਭੱਜ ਜਾਂਦੇ ਆ, ਉਹ ਇਸ ਦਾ ਫਾਇਦਾ ਉਠਾਉਂਦੇ। ਇਸ ਕਰਕੇ ਆਮ ਪਬਲਿਕ ਨੂੰ ਅਪੀਲ ਵੀ ਕੀਤੀ ਹੈ ਅਤੇ ਉਹਨਾਂ ਤੋਂ ਸਹਿਯੋਗ ਦੀ ਵੀ ਮੰਗ ਕੀਤੀ ਹੈ ਵੀ ਜਿਹੜਾ ਵੀ ਤੁਸੀਂ ਟੂ ਵੀਲਰ ਚਲਾਉਣੇ ਆਉਂਗੇ ਉਹਦੇ 'ਤੇ ਤੁਸੀਂ ਮੂੰਹ ਬੰਨ ਕੇ ਨਾ ਚਲਾਓ, ਜ਼ਰੂਰਤ ਪਈ ਤਾਂ ਤੁਸੀਂ ਉਹਨੂੰ ਮਾਸਕ ਲਗਾ ਲਓ ਜਿੰਨਾ ਕੁ ਤੁਹਾਡੀ ਜ਼ਰੂਰਤ ਪੈਂਦੀ। ਅਤੇ ਤੁਸੀਂ ਸਮਝਾ ਵੀ ਰਹੇ ਹੋ ਪਹਿਲਾਂ ਇੱਕ ਵਾਰੀ? ਹਾਂ, ਆਮ ਪਬਲਿਕ ਨੂੰ ਅਸੀਂ ਰੋਕ ਰੋਕ ਕੇ ਪਿਆਰ ਨਾਲ ਸਮਝਾ ਰਹੇ ਹਾਂ, ਨੌਜਵਾਨ ਪੀੜ੍ਹੀ ਨੂੰ ਵੀ ਸਮਝਾ ਰਹੇ ਹਾਂ ਵੀ ਇਸ ਤਰ੍ਹਾਂ ਤੁਸੀਂ ਨਾ ਕਰੋ ਉਸ ਤੋਂ ਬਾਅਦ। ਲੇਕਿਨ ਜੇ ਦੇਖੋ ਜਿਹੜਾ ਜੈਨੂਅਨ ਬੰਦਾ ਉਹ ਤਾਂ ਸਮਝ ਵੀ ਰਿਹਾ, ਉਹ ਨਹੀਂ ਨਾ ਵੀ ਰਿਹਾ ਹੈਗਾ, ਕੱਲ੍ਹ ਦਾ ਅਤੇ ਅੱਜ ਦਾ ਬਹੁਤ ਫਰਕ ਹੈਗਾ। ਲੇਕਿਨ ਜੇਕਰ ਫਿਰ ਵੀ ਕੋਈ ਨਹੀਂ ਉਹ ਕਰੂਗਾ ਉਹ ਰਹਿ ਜਾਣਗੇ ਪਿੱਛੇ ਸ਼ਰਾਰਤੀ ਅਨਸਰ, ਸ਼ਰਾਰਤੀ ਅਨਸਰਾਂ 'ਤੇ ਅਸੀਂ ਸਿਕੰਜਾ ਕਸਾਂਗੇ ਆਪਾਂ। ਅਤੇ ਕਈਆਂ ਨੂੰ ਸਕਿਨ ਦੀ ਪ੍ਰੋਬਲਮ ਹੁੰਦੀ ਹੈ, ਉਹ ਲੁਕੋ ਕੇ ਜਾਂਦੇ ਵੀ ਗਰਮੀ ਕਰਨ, ਉਹਦਾ ਕਿਵੇਂ ਕਰੋਗੇ? ਹਾਂ, ਉਹਦਾ ਦੇਖੋ ਜੇਕਰ ਉਹਦੇ ਕੋਲ ਕੋਈ ਡਾਕਟਰੀ ਪਰਚੀ ਹੈਗੀ ਹੈਗੀ, ਡਾਕਟਰ ਨੇ ਲਿਖ ਕੇ ਦਿੱਤਾ ਹੋਇਆ ਵੀ ਅਸਾਂ ਇਹਨੂੰ ਸਕਿਨ ਦੀ ਪ੍ਰੋਬਲਮ ਹੈ, ਇਹਨੂੰ ਸਨ ਪ੍ਰੋਬਲਮ ਹੈ ਜਾਂ ਇਹਨੂੰ ਕੋਈ ਵੀ ਪ੍ਰੋਬਲਮ ਹੈ, ਇਹਨੂੰ ਲੱਭਣਾ ਕਿ ਉਹਨੂੰ ਅਸੀਂ ਉਹ ਕਰਾਂਗੇ, ਕਿਸੇ ਦੀ ਪ੍ਰੋਬਲਮ ਹੈ ਉਹਨੂੰ ਅਸੀਂ ਸਮਝਦੇ ਹਾਂ, ਉਹਨੂੰ ਛੱਡਿਆ ਵੀ ਜਾਊਗਾ। ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਅਭਿਆਨ ਵੀ ਤੁਹਾਡੇ ਵੱਲੋਂ ਉਲੀਕਿਆ ਗਿਆ ਇਸ ਤਰ੍ਹਾਂ ਜਿਹੜੇ ਮੂੰਹ ਬੰਨ ਕੇ ਚਲਾਉਂਦੇ ਨੇ? ਦੇਖੋ ਆਉਣ ਵਾਲੇ ਦਿਨਾਂ 'ਚ ਹੁਣ ਸਾਡਾ ਕੰਟੀਨਿਊ ਜੇ 'ਤੇ ਚਲੂਗਾ ਜਿਹੜਾ ਸ਼ਰਾਰਤੀ ਅਨਸਰ ਹੈਗੇ, ਅਸੀਂ ਕੋਸ਼ਿਸ਼ ਕਰਾਂਗੇ ਵੀ ਸ਼ਰਾਰਤੀ ਅਨਸਰਾਂ 'ਤੇ ਜ਼ਿਆਦਾ ਸਿਕੰਜਾ ਕਸਿਆ ਜਾਵੇ, ਉਹਦੇ 'ਚ ਆਮ ਪਬਲਿਕ ਨੂੰ ਕੋਈ ਪ੍ਰੋਬਲਮ ਨਾ ਆਵੇ। ਕੁਛ ਸਟੂਡੈਂਟ ਨੌਜਵਾਨ ਹੈਗੇ ਜਿਹੜੇ ਮੁੰਡੇ ਬੁਲਟ 'ਤੇ ਪਟਾਕੇ ਵਜਾਉਂਦੇ ਨੇ, ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ? ਦੇਖੋ ਬੁਲਟ ਦੇ ਪਟਾਕਿਆਂ ਦੇ ਸੰਬੰਧੀ ਅਸੀਂ ਪਹਿਲਾਂ ਹੀ ਸਾਡੀ ਸਖਤਾਈ ਕੰਟੀਨਿਊ ਜਾਰੀ ਹੈਗੀ, ਲੇਕਿਨ ਜੇ ਸਾਨੂੰ ਚਿਹਰਾ ਵੀ ਕਿਤੇ ਮਿਲਦਾ ਅਸੀਂ ਉਹਨਾਂ ਦਾ ਚਲਾਨ ਕੱਟਣੇ ਹੈਗੇ, ਉਹਨਾਂ ਦੇ ਚਲਾਨ ਕੱਟ ਰਹੇ ਹਾਂ। ਜੇਕਰ ਇੱਕ ਵਾਰੀ ਜਾਂ ਦੋ ਵਾਰੀ 'ਚ ਨਹੀਂ ਹਟਦਾ ਫਿਰ ਅਸੀਂ ਉਹਨਾਂ ਦਾ ਮੋਟਰਸਾਈਕਲ ਬੰਦ ਵੀ ਕਰ ਰਹੇ ਹਾਂਗੇ। ਅੱਛਾ, ਜਿਹੜੇ ਤੁਸੀਂ ਕਹਿ ਰਹੇ ਹੋ ਜਿਹੜੇ ਮੂੰਹ 'ਤੇ ਕੱਪੜਾ ਬੰਨ ਕੇ ਟੂ ਵਹੀਕਲ ਚਲਾਉਣਗੇ, ਇਸ ਸੰਬੰਧ 'ਚ ਤੁਸੀਂ ਕਿੰਨੇ ਕੁ ਟ੍ਰੈਫਿਕ ਮੁਲਾਜ਼ਮਾਂ ਨੂੰ, ਕਿੰਨਾਂ ਨੂੰ ਡਿਊਟੀ ਲਾ ਕੇ, ਕਿਤੇ ਕਿਤੇ ਨਾਕੇ ਲਾ ਕੇ? ਦੇਖੋ ਸ਼ਹਿਰ ਦੇ ਵਿੱਚ ਵੱਖਰੋ ਵੱਖਰੀ ਪੁਆਇੰਟਾਂ ਦੇ ਟ੍ਰੈਫਿਕ ਮੁਲਾਜ਼ਮ ਲੱਗੇ ਹੋਏ ਆ, ਨਾਲ ਪੀ ਸੀ ਆਰ ਕਰਮਚਾਰੀ ਵੀ ਸਾਡੇ ਹੈਗੇ ਹੈਗੇ। ਅਸੀਂ ਸਾਰਿਆਂ ਨੂੰ ਅਪੀਲ ਕੀਤੀ ਹੈ ਵੀ ਜਿੰਨੇ ਵੀ ਹੈਗੇ ਆ ਮੂੰਹ ਬੰਨ ਕੇ ਆਉਂਦੇ ਆ ਉਹਨਾਂ ਨੂੰ ਸਾਰਿਆਂ ਨੂੰ ਪਿਆਰ ਨਾਲ ਸਮਝਾਓ ਵੀ ਆਹ ਚੀਜ਼ ਦੀ ਆਪਾਂ ਨੂੰ ਪ੍ਰੋਬਲਮ ਆ ਰਹੀ ਹੈ। ਇਸ ਕਰਕੇ ਉਹਨਾਂ ਨੂੰ ਆਮ ਪਬਲਿਕ ਨੂੰ ਅਪੀਲ ਕੀਤੀ ਹੈਗੀ ਵੀ ਜਿੰਨੇ ਵੀ ਤੁਸੀਂ ਮੂੰਹ ਬੰਨ ਕੇ ਚਲਾਉਂਦੇ ਹੋ ਉਹ ਨਾ ਚਲਾਓ। ਪਹਿਲੇ ਦਿਨ ਤੋਂ ਹਰ ਤਰ੍ਹਾਂ ਦਾ ਨਸ਼ਾ ਬੰਦ, ਨਸ਼ਾ ਛੁਡਾਉਣ 'ਚ ਮਾਹਿਰ ਡਾਕਟਰ ਗੁਪਤਾ 6961 77000, ਬਿਨਾਂ ਤੋੜ ਤਕਲੀਫ ਤੋਂ ਬਿਨਾਂ ਦਾਖਲ ਹੋਏ ਬਿਨਾਂ ਕੰਮ ਛੱਡੇ ਹਰ ਤਰ੍ਹਾਂ ਦਾ ਨਸ਼ਾ ਛੱਡੋ, ਸ਼ਰਾਬ, ਹੈਰੋਇਨ, ਸਮੈਕ, ਅਫੀਮ, ਗਾਂਜਾ, ਚਿੱਟਾ, ਭੁੱਕੀ, ਟੀਕੇ, ਗੋਲੀਆਂ, ਜੀਭ ਥੱਲੇ ਰੱਖਣ ਵਾਲੀ ਗੋਲੀ ਤੋਂ ਛੁਟਕਾਰਾ ਪਾਓ। ਸਾਡੀ ਦਵਾਈ 100% ਆਯੁਰਵੈਦਿਕ ਹੈ, ਇਸ ਦਾ ਕੋਈ ਸਾਈਡ ਇਫੈਕਟ ਨਹੀਂ। ਦੇਸ਼ ਵਿਦੇਸ਼ 'ਚ ਦਵਾਈ ਭੇਜਣ ਦਾ ਖਾਸ ਪ੍ਰਬੰਧ ਹੈ। ਪਤਾ, ਆਨੰਦ ਦਵਾਖਾਨਾ, ਸਾਹਮਣੇ ਬੱਸ ਸਟੈਂਡ, ਪਟਿਆਲਾ। ਡਾਕਟਰ ਗੁਪਤਾ 6961 77000।